ਵਿਦੇਸ਼ ਦੇ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਤੇ ਰੋਜ਼ੀ ਰੋਟੀ ਦੀ ਤਲਾਸ਼ ਦੇ ਲਈ ਬਹਿਰੀਨ ਗਈਆਂ ਪੰਜਾਬ ਦੀਆਂ 3 ਲੜਕੀਆਂ ਨੂੰ ਹੁਣ ਰੈਸਕਿਊ ਕਰਕੇ ਵਾਪਸ ਉਹਨਾਂ ਦੇ ਘਰ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ 3 ਲੜਕੀਆਂ ਬਹਿਰੀਨ ਦੇ ਵਿੱਚ ਗਈਆਂ ਸੀ ਤੇ ਉੱਥੇ ਉਹਨਾਂ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ ਤੇ ਇੱਥੋਂ ਤੱਕ ਕਿ ਉਹਨਾਂ ਨੂੰ ਖਾਣ ਪੀਣ ਦੇ ਲਈ ਵੀ ਘੱਟ ਦਿੱਤਾ ਜਾਂਦਾ ਸੀ ਤੇ ਲੜਕੀਆਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਸੀ ਤੇ ਇੱਕ ਸਮਾਜ ਸੇਵੀ ਨੇ ਸਰਕਾਰ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਦੇ ਪਿੰਡ ਪਹੁੰਚਾਇਆ। ਬਾਤ ਇਹੋ ਜਿਹੀ ਸੀ, ਬਸ ਰੋਂਦੀਆਂ ਕੁਤਾਂਦੀਆਂ ਹੀ ਜਦੋਂ ਫੋਨ ਲਾਉਂਦੀਆਂ ਸੀ, 28-37 ਦਿਨ ਕਿਤੇ ਲਾਉਣਾ, ਕਦੇ 28 ਦਿਨ ਹੀ ਲਾਉਣਾ, ਬਸ ਕਹਿੰਦੀਆਂ ਸੀ ਸਾਡੇ ਹਾਲਾਤ ਮਾੜੇ ਆ। ਕੀ ਸੋਚ ਕੇ ਤੁਸੀਂ ਭੇਜਿਆ ਸੀ ਬਾਹਰ? ਅਸੀਂ ਸੋਚ ਕੇ ਭੇਜਿਆ ਸੀ ਵੀ ਸਾਡੇ ਲਹਿਣੇ ਦੇਣੇ ਸਿਰ ਚੜੇ ਆ, ਘਰੇ ਹਾਲਾਤ ਹੀ ਇਹੋ ਜਿਹੇ ਸੀਗੇ। ਕਿੰਨੀਆਂ ਬੇਟੀਆਂ ਨੇ ਤੁਹਾਡੀਆਂ? ਦੋ। ਤੇ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਗਈਆਂ ਨੂੰ? 4 ਮਹੀਨੇ ਹੋਏ। 4 ਮਹੀਨਿਆਂ ਦੇ ਵਿੱਚ ਜਦੋਂ ਗੱਲਬਾਤ ਹੋਈ ਤੁਹਾਡੀ, ਕੀ ਕਹਿੰਦੀਆਂ ਸੀ? ਬਸ ਅਸੀਂ ਕਹਿੰਦੀਆਂ ਸੀ ਵੀ ਮੰਮੀ ਅਸੀਂ ਔਖੀਆਂ ਹੈ, ਜਦੋਂ ਫੋਨ ਆਉਂਦਾ ਸੀ ਬਸ ਉਦੋਂ ਹੀ ਰੋਂਦੀਆਂ ਸੀ, ਮੰਮੀ ਅਸੀਂ ਔਖੀਆਂ ਹੈ। ਤੁਸੀਂ ਬਸੰਤ ਸਿੰਘ ਨੇ ਕਿਵੇਂ ਰਾਬਤਾ ਕਾਇਮ ਕੀਤਾ ਇਹਨਾਂ ਨਾਲ? ਇਹਨਾਂ ਨੂੰ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਬਾਈ ਆਪਣੀਆਂ ਬੇਟੀਆਂ ਬਹੁਤ ਵੀ ਹੈਗੀਆਂ ਵੀ ਗਲਤ ਰਸਤੇ ਤੇ ਤੋਰੀ ਫਿਰਦੇ, ਉਹ ਵੀ ਉਹ ਬਹੁਤ ਪਰੇਸ਼ਾਨ ਕਰਦੇ ਉਹਨਾਂ ਨੂੰ। ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਉਹ ਬਹੁਤ ਨਰਕ ਵਾਲੀ ਜਗ੍ਹਾ ਸੀ, ਅਸੀਂ ਬਿਲਕੁਲ ਵੀ ਉੱਥੇ ਨਹੀਂ ਰਹਿ ਸਕਦੇ ਸੀ ਕਿਉਂਕਿ ਸਾਨੂੰ ਉੱਥੇ ਮਾਰ ਕੁੱਟ ਕੀਤੀ ਜਾਂਦੀ ਸੀਗੀ ਸੁਬਹਾ ਤੋਂ ਲੈ ਕੇ ਸ਼ਾਮ ਤੱਕ, ਕੰਮ ਕਰੀ ਜਾਓ ਕੰਮ ਕਰੀ ਜਾਓ, ਬਟ ਖਾਣ ਦਾ ਔਰ ਰੂਮ 'ਚ ਜਾਣ ਦੀ ਕੋਈ ਟਾਈਮਿੰਗ ਨਹੀਂ। ਆਉਣ ਦੀ ਟਾਈਮਿੰਗ ਸੀਗੀ ਕਿ ਸੁਬਹਾ 5 ਵਜੇ ਆਉਣਾ, ਬਟ ਜਾਣ ਦੀ ਕੋਈ ਟਾਈਮਿੰਗ ਨਹੀਂ, ਕਿਤੇ 1 ਵੱਜਣਾ ਕਿਤੇ 2 ਵੱਜਣਾ, ਕੋਈ ਟਾਈਮਿੰਗ ਨਹੀਂ ਸੀਗੀ। ਬਸ ਉੱਥੇ ਸੀਗਾ ਕਿ ਉਹਨਾਂ ਨੂੰ ਕੰਮ ਕਰੀ ਚੱਲੋ ਕੰਮ ਕਰੀ ਚੱਲੋ, ਉਹਨਾਂ ਨੂੰ ਕੰਮ ਤਾਂ ਹੀ ਮਤਲਬ ਸੀ, ਸਾਡੇ ਤੇ ਖੁਸ਼ੀ ਆ ਦੁੱਖ ਆ ਕੀ ਆ ਕੀ ਨਹੀਂ, ਇਹਨਾਂ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਤੇ। ਤੁਸੀਂ ਬਿਮਾਰ ਵੀ ਹੁੰਦੇ ਹੋ? ਬਿਮਾਰ ਬਹੁਤ ਜ਼ਿਆਦਾ ਹੁੰਦੇ, ਸਾਡੇ ਹੱਥ ਪੈਰ ਖਰਾਬ ਹੋ ਜਾਣੇ, ਉਹਨਾਂ ਨੇ ਉਹ ਜਿਹੀਆਂ ਚੀਜ਼ਾਂ ਮੰਗਵਾਉਣੀਆਂ ਜਿਹੜੀਆਂ ਚੀਜ਼ਾਂ ਤੋਂ ਸਾਡੀ ਬੋਡੀ ਨੂੰ ਅਸਰ ਪਵੇ, ਕੈਮੀਕਲ ਵਾਲੀ ਸਰਫ ਮੰਗਵਾਉਣੀ, ਸਾਡੇ ਹੱਥ ਪੈਰ ਜਮ੍ਹਾਂ ਖਰਾਬ ਹੋ ਜਾਣੇ। ਅਸੀਂ ਉਹਨਾਂ ਨੂੰ ਕਹਿਣਾ ਕਿ ਸਾਨੂੰ ਦਵਾਈ ਦਵਾਓ, ਬਸ ਥੋੜ੍ਹੀ ਜਿਹੀ ਟੂਪ ਦੇ ਦੇਣੀ, ਕਰੀਮ ਦੇ ਦੇਣੀ ਆ, ਕਿ ਕਹਿ ਦੇਣਾ ਕਿ ਇਹਦੇ ਨਾਲ ਸਾਰਾ ਕੁਛ ਠੀਕ ਹੋ ਜਾਣਾ, ਬਾਅਦ ਵਿੱਚ ਜਦੋਂ ਉਸ ਚੀਜ਼ ਨਾਲ ਵਾਰ ਵਾਰ ਕੰਮ ਕਰਨਾ, ਬਟ ਉਹਦੇ ਨਾਲ ਫਰਕ ਕੀ ਪਏਗਾ ਜਦੋਂ ਕੰਮ ਹੀ ਉਸ ਚੀਜ਼ ਨਾਲ ਕਰਨਾ ਵਾ, ਇਸ ਕਰਕੇ ਦਵਾਈਆਂ ਦਾ ਕੋਈ ਅਸਰ ਹੀ ਨਹੀਂ ਹੁੰਦਾ। ਆਪਣੇ ਘਰ ਬਾਰ ਨੂੰ ਵੀ ਲੈ ਕੇ ਜੀ ਬਹੁਤ ਸੁਪਨੇ ਸੀਗੇ, ਆਪਣੀ ਫੈਮਿਲੀ ਨੂੰ ਵੀ ਲੈ ਕੇ ਬਹੁਤ ਸੁਪਨੇ ਸੀ, ਆਪਣੇ ਖੁਦ ਦੇ ਸੁਪਨੇ ਹੁੰਦੇ ਆ ਉਹ ਵੀ ਬਹੁਤ ਸੀਗੇ, ਪਰ ਉੱਥੇ ਜਾ ਕੇ ਸਾਨੂੰ ਕੋਈ ਵੀ ਸੁਪਨਾ ਦੇਖਣ ਨੂੰ ਨਹੀਂ ਮਿਲਿਆ, ਇਸ ਕਰਕੇ ਕਿ ਸਾਨੂੰ ਕੁਛ ਵੀ ਸਾਡੀ ਜ਼ਿੰਦਗੀ ਦਾ ਜਿਹੜਾ ਸਾਡਾ ਆਪਦੇ ਪਲ ਸੀ ਸਾਨੂੰ ਉਹ ਵੀ ਨਹੀਂ ਸੀ ਦੇਖਣ ਨੂੰ, ਸਿਰਫ ਉਹਨਾਂ ਦੀ ਟਾਈਮਿੰਗ ਸੀਗੀ, ਸਾਡੀ ਆਪਣੀ ਕੋਈ ਟਾਈਮਿੰਗ ਨਹੀਂ ਸੀ ਉਹਨਾਂ ਦੇ। ਅਸੀਂ ਹਾਊਸਮੇਟ ਦੇ ਕੰਮ 'ਤੇ ਗਏ ਸੀ। ਸਾਨੂੰ ਸੁਬਹਾ ਤੋਂ ਠਾ ਲੈਂਦੇ 4 ਵਜੇ, ਉਸ ਤੋਂ ਬਾਅਦ ਸਾਨੂੰ 2-3 ਵਜੇ ਭੇਜਿਆ ਜਾਂਦਾ, ਸੋ ਸਾਰਾ ਦਿਨ ਸਾਰੀ ਰਾਤ ਸਾਥੋਂ ਕੰਮ ਕਰਾਇਆ ਜਾਂਦਾ, ਫਿਰ ਵੀ ਸਾਨੂੰ ਕਿ ਜਲੀਲ ਕੀਤਾ ਜਾਂਦਾ, ਤੁਸੀਂ ਕੁਛ ਨਹੀਂ ਕਰਦੀਆਂ, ਤੁਸੀਂ ਕੁਛ ਵੀ ਨਹੀਂ ਕਰਦੀਆਂ ਹੈਗਾ, ਸਿਰਫ ਤੁਹਾਨੂੰ ਆਪਣੇ ਖਾਣੇ 'ਤੇ ਇੱਕ ਮਤਲਬ, ਤੁਹਾਨੂੰ ਇਹ ਹੁੰਦਾ ਵੀ ਅਸੀਂ ਛੇਤੀ ਛੇਤੀ ਖਾ ਲਈਏ, ਜਦ ਤੱਕ ਕਿ ਸਾਨੂੰ ਖਾਣ ਨੂੰ ਕੁਛ ਨਹੀਂ ਸੀ ਮਿਲਦਾ ਹੁੰਦਾ, ਸਿਰਫ ਇਕੱਲੇ ਬ੍ਰੈਡ ਮਿਲਦੇ ਸੀਗੇ, ਉਹ ਵੀ ਸੁਬਹਾ ਚਾਹ ਨਾਲ 1 ਪੈਕਟ ਮਿਲਦਾ, ਉਹ 'ਚੋਂ ਜੇ ਬਚੇ ਤਾਂ ਰਾਤ ਨੂੰ ਖਾ ਲਓ, ਨਹੀਂ ਨਹੀਂ ਮਿਲਦੇ ਸੀਗੇ। ਕਿੰਨਾ ਕਿੰਨਾ ਸਮਾਂ ਲੰਘ ਜਾਂਦਾ ਸੀ? ਅਸੀਂ ਸਾਨੂੰ 3-3 ਦਿਨ ਲੰਘ ਜਾਂਦੇ ਸੀ ਰੋਟੀ ਖਾਧਿਆਂ ਹੋਇਆ, ਕਈ ਵਾਰ ਸਾਨੂੰ 2 ਦਿਨ ਰੋਟੀ ਮਿਲਣੀ, 2 ਦਿਨਾਂ ਬਾਅਦ ਮਿਲਣੀ, ਕਦੇ ਸਾਨੂੰ 3-3, 4-4 ਦਿਨ ਨਾਲ ਰੋਟੀ ਮਿਲਣੀ। ਕੁੱਟਮਾਰ ਕਰਦੇ ਸਾਡੇ ਨਾਲ, ਸਾਥੋਂ ਧੱਕੇ ਨਾਲ ਜ਼ਬਰਦਸਤੀ ਨਾਲ ਕੰਮ ਕਰਾਉਂਦੇ, ਜਦ ਤੱਕ ਕਿ ਸਾਨੂੰ ਇਹ ਵੀ ਕਹਿ ਨਹੀਂ ਸੀ ਦਿੰਦੇ ਵੀ ਅਸੀਂ ਤੁਹਾਡੇ ਮਾਰਦੇ ਹਾਂ, ਇਸ ਸਾਨੂੰ ਜੇ ਅਸੀਂ ਇਹ ਵੀ ਕਹਿੰਦੇ ਤੁਸੀਂ ਸਾਡੇ ਮਾਰਦੇ ਹਾਂ, ਤੁਹਾਡੀ ਗਲਤੀ ਨੂੰ ਮਾਰਦੇ ਹਾਂ ਅਸੀਂ, ਤੁਸੀਂ ਗਲਤੀਆਂ ਕਰਦੇ, ਤੁਸੀਂ ਕੰਮ ਨਹੀਂ ਕਰਦੇ, ਸੁਬਹਾ ਤੋਂ ਉਠਾ ਕੇ ਸਾਨੂੰ ਕੰਮ ਕਰਾਉਣ ਲੱਗ ਜਾਂਦੇ, ਫਿਰ ਵੀ ਕਹਿਣਾ ਕਿ ਤੁਸੀਂ ਕੰਮ ਨਹੀਂ ਕਰਦੇ ਹੈਗੇ।
ਦੇਣਾ ਚਾਹੋਗੇ ਤੁਸੀਂ ਜਿਹੜੇ ਬੱਚੇ ਹੋਰ ਬਾਹਰ ਜਾਣ ਦੀ ਚਾਹ, ਤੁਹਾਡੇ ਕੋਲ ਹੋਰ ਵੀ ਬੱਚੇ ਬਥੇਰੇ ਇੱਥੇ ਫਸੇ ਹੋਏ? ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਵੀ ਲੜਕੀ ਹਾਊਸਮੇਟ ਦੇ ਕੰਮ 'ਤੇ ਕਦੇ ਵੀ ਨਾ ਜਾਵੇ, ਆਪਦੀ ਵਧੀਆ ਸਟੱਡੀ ਕਰਕੇ ਵਧੀਆ ਲਾਈਫ ਬਣਾਉਣ ਜਾਣਾ ਹੈ ਤਾਂ ਕਿਸੇ ਕੰਪਨੀ ਵਿੱਚ ਕਿਸੇ ਵਧੀਆ ਵੇਸ਼ਿੰਗ ਕੰਮ 'ਤੇ ਜਾਵੇ, ਕਦੇ ਵੀ ਹਾਊਸਮੇਟ ਦੇ ਕੰਮ 'ਤੇ ਨਾ ਜਾਵੇ, ਖਾਸ ਕਰਕੇ ਅਰਬ ਕੰਟਰੀ ਵਿੱਚ। ਉੱਥੇ ਹੀ ਇਹਨਾਂ ਲੜਕੀਆਂ ਦੀ ਦਰਦ ਭਰੀ ਦਾਸਤਾਨ ਸੁਣਾਉਣ ਵਾਲੇ ਤੇ ਇਹਨਾਂ ਲੜਕੀਆਂ ਨੂੰ ਵਾਪਸ ਇਹਨਾਂ ਦੇ ਘਰ ਪਹੁੰਚਾਉਣ ਵਾਲੇ ਸਮਾਜ ਸੇਵੀ ਬਸੰਤ ਸਿੰਘ ਨੇ ਦੱਸਿਆ ਕਿ ਕੁਝ ਸੰਸਥਾਵਾਂ ਦੀ ਮਦਦ ਅਤੇ ਸਰਕਾਰ ਦੇ ਨਾਲ ਪਹੁੰਚ ਦੇ ਸਹਾਰੇ ਉਹਨਾਂ ਇਹਨਾਂ ਲੜਕੀਆਂ ਨੂੰ ਵਾਪਸ ਭਾਰਤ ਲਿਆਂਦਾ ਹੈ ਤੇ ਭਾਰਤ ਪਹੁੰਚਣ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਹ ਪਤਾ ਕੀ ਹੈ ਜੀ, 3 ਕੁ ਮਹੀਨੇ ਪਹਿਲਾਂ ਨਾ ਮੈਨੂੰ ਪਤਾ ਚੱਲਿਆ ਸੀਗਾ ਵੀ 3-4 ਮਹੀਨੇ ਪਹਿਲਾਂ ਮੈਨੂੰ ਪਤਾ ਲੱਗਿਆ ਸੀਗਾ ਵੀ ਇਹਨਾਂ ਲੜਕੀਆਂ ਦੀ ਕੁੱਟਮਾਰ ਉੱਥੇ ਹੋ ਰਹੀ ਹੈ ਅਤੇ ਇਹਨਾਂ ਨੂੰ ਭੁੱਖਾ ਰੱਖਿਆ ਜਾ ਰਿਹਾ, ਕੰਮ ਮਤਲਬ ਪੂਰਾ ਲੈ ਰਹੇ ਆ ਅਤੇ ਪਰ ਇਹਨਾਂ ਨੂੰ ਰੋਟੀ ਵਗੈਰਾ ਨਹੀਂ ਮਿਲ ਰਹੀ। ਅਤੇ ਉਸ ਮਸਲੇ ਦੇ ਵਿੱਚ ਫਿਰ ਮੈਂ ਆਪਦੇ ਫੈਮਿਲੀ ਨਾਲ ਅਤੇ ਆਪਦੇ ਯਾਰਾਂ ਦੋਸਤਾਂ ਨਾਲ ਡਿਸਕਸ ਕੀਤੀ, ਕੋਈ ਸਾਰਿਆਂ ਨੇ ਵੀ ਮਤਲਬ ਕਿਹਾ ਮੈਨੂੰ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ, ਫਿਰ ਅਸੀਂ ਸਾਡੀ ਸਾਰੀ ਟੀਮ ਨੇ ਇਹ ਕੀਤਾ ਵੀਜ਼ਾ ਲਵਾਇਆ। ਫਿਰ ਮੈਂ ਆਪਦਾ ਇਹ ਕੁੜੀਆਂ ਜੀ ਇੱਕ ਦੂਜੀ ਕੁੜੀ ਸੱਦੀ ਜਾ ਰਹੀ ਸੀ ਇਹਨਾਂ ਨੂੰ, ਇੱਕ ਦੂਜੀ ਕੁੜੀ ਦੇ ਅੱਖ ਹੀ ਉਹ ਗਾਂ ਵੀਜ਼ਾ ਲਵਾ ਕੇ ਭੇਜ ਦਿੰਦੇ ਸੀ ਅਤੇ ਇਹ ਸੱਦ ਲੈਂਦੇ ਸੀ। ਕਿਸ ਵਾਸਤੇ ਬੁਲਾਇਆ ਗਿਆ ਜੀ ਉਹਨਾਂ? ਹਾਊਸਮੇਟ ਦੇ ਕੰਮ ਵਾਸਤੇ ਬੁਲਾਇਆ ਜਾ ਰਿਹਾ ਸੀ। ਕਿੰਨੇ ਚਿਰ ਤੋਂ ਉੱਥੇ ਸੀਗੇ? ਇੱਕ ਕੁੜੀ ਨੂੰ ਸਾਲ ਤੋਂ ਉੱਤੇ ਹੋ ਗਿਆ ਜੀ ਅਤੇ ਦੂਜੀਆਂ ਨੂੰ ਕਿਸੇ ਨੂੰ 8 ਮਹੀਨੇ ਹੋ ਗਏ, ਕਿਸੇ ਨੂੰ 6 ਮਹੀਨੇ ਹੋ ਗਏ। ਅਤੇ ਉਹਨਾਂ ਨੂੰ ਕੀ ਉੱਥੇ ਤੰਗ ਪਰੇਸ਼ਾਨ ਕਿਸ ਤਰ੍ਹਾਂ ਕੀਤਾ ਜਾਂਦਾ ਸੀ? ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕੁੱਟਿਆ ਵੀ ਜਾ ਰਿਹਾ ਸੀ, ਇਰੀਟੇਟ ਉਹਨਾਂ ਨੂੰ ਭੁੱਖਾ ਵੀ ਰੱਖਿਆ ਜਾ ਰਿਹਾ ਸੀ ਵੀ ਖਾਣਾ ਵਗੈਰਾ ਨਹੀਂ ਮਿਲਦਾ ਸੀ ਉਹਨਾਂ। ਜਦੋਂ ਵੀਜ਼ਾ ਲਵਾ ਕੇ ਗਏ ਸਰ ਜੀ, ਉੱਥੇ ਜਾ ਕੇ ਕੀ ਦੇਖਿਆ ਸਾਰਾ ਸਥਿਤੀ? ਉੱਥੇ ਜਾ ਕੇ ਜੀ ਮੈਂ ਨਾ ਗੁਰਦੁਆਰਾ ਸਾਹਿਬ ਸਲਮਾਬਾਦ ਗੁਰਦੁਆਰਾ ਸਾਹਿਬ ਆ, ਸਰਦਾਰ ਗੁਰਮੇਲ ਸਿੰਘ ਜੀ ਉੱਥੋਂ ਦੇ ਪ੍ਰੈਜੀਡੈਂਟ ਨੇ ਗੁਰਦੁਆਰਾ ਸਾਹਿਬ ਦੇ, ਮੇਰੀ ਉਹਨਾਂ ਨਾਲ ਗੱਲ 1-1.5 ਮਹੀਨੇ ਤੋਂ ਚੱਲ ਰਹੀ ਸੀਗੀ ਵੀ ਮੈਂ ਡੇਲੀ ਵਾਂਗੂ ਕੋਈ ਜਿੱਦਾਂ ਕਿ ਇਹਨਾਂ ਦੀ ਕੋਈ ਰਿਕਾਰਡਿੰਗ ਆਉਂਦੀ ਸੀ ਮੈਂ ਉਹਨਾਂ ਨਾਲ ਸ਼ੇਅਰ ਕਰਦਾ ਸੀ, ਉਹ ਅਸੀਂ ਉਹ ਬਕਾਇਦਾ ਸ਼ੇਅਰ ਕਰਦੇ ਹੁੰਦੇ ਸੀਗੇ ਇੱਕ ਦੂਜੇ ਨਾਲ ਗੁਰਦੁਆਰਾ ਪ੍ਰਧਾਨ ਸਾਹਿਬ ਜੀ, ਅਤੇ ਜਦੋਂ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਫਿਰ ਉਹ ਅੱਗੇ ਮਤਲਬ ਦਾਦੇ ਉਹ ਕਹਿੰਦੇ ਵੀ ਜੇ ਤੁਸੀਂ ਵੀ ਜੇ ਅਸੀਂ ਛਡਵਾਉਂਦੇ ਹਾਂ ਤਾਂ ਥੋੜ੍ਹਾ ਸਾਡੇ ਲਈ ਪ੍ਰੋਬਲਮ ਆ ਜਾਂਦੀ ਹੈ ਵੀ ਤੁਸੀਂ ਕਿਵੇਂ ਮਤਲਬ ਕਰਦੇ ਹੋ, ਅਤੇ ਜੇ ਉਹ ਕਹਿੰਦੇ ਵੀ ਤੁਸੀਂ ਵੀਜ਼ਾ ਲਵਾ ਕੇ ਆ ਜਾਂਦੇ ਹੋ ਤਾਂ ਸਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਗਿਆ ਕਿਉਂਕਿ ਇਹ ਕੰਮ ਸੇ ਕੰਮ 1 ਮਹੀਨੇ ਦਾ ਸੀਗਾ ਜਿਹੜਾ ਕਿ 1 ਦਿਨ ਵਿੱਚ ਦੀ ਹੋ ਗਿਆ। ਜਗਬਾਣੀ ਟੀਵੀ ਲਈ ਮੋਗਾ ਤੋਂ ਔਕਾੜਾ ਦੀ ਰਿਪੋਰਟ।